ਨੰਸ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਮਹਾਸਿਮਿਤਾ ਲਿਵਾਦ ਸੋਨੂ ਸੂਦ ਤੇ ਐਫ ਆਈ ਆਰ ਦਰਜ ਹੋ ਗਈ ਹੈ ਜਿਸ ਤੋਂ ਬਾਅਦ ਸੋਨੂ ਸੂਦ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਏ ਨੇ ਜੀ ਹਾਂ ਸੋਨੂ ਸੂਦ ਤੇ ਐਫ ਆਈ ਆਰ ਦਰਜ ਹੋ ਗਈ ਹੈ ਐਫ ਆਈ ਆਰ ਦਰਜ ਕਿਉਂ ਹੋਈ ਤੇ ਉਹ ਦੱਖਣੀ ਅਫਰੀਕਾ ਕਿਉਂ ਹੋਏ ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਜੋ ਲੋਕਾਂ ਦੇ ਹੀਰੋ ਨੇ ਸੋਨੂ ਸੂਦ ਕਿਤੇ ਨਾ ਕਿਤੇ ਹੁਣ ਚੋਣਾ ਦੇ ਦੌਰਾਨ ਵਿਲਨ ਬਣ ਗਏ ਨੇ ਤੇ ਉਹਨਾਂ ਤੇ ਐਫਆਈਆਰ ਦਰਜ ਹੋ ਗਈ ਹੈ ਐਫਆਈਆਰ ਦਰਜ ਕਿਉਂ ਹੋਈ ਹੈ ਤੁਹਾਡੇ ਨਾਲ ਉਹ ਵੀ ਅਪਡੇਟ ਸਾਂਝਾ ਜ਼ਰੂਰ ਕਰਾਂਗੇ ਪੰਜਾਬ ਦੇ ਵਿੱਚ ਬਾਲੀਵੁੱਡ ਸਿਤਾਰੇ ਮੁਸੀਬਤ ਦੇ ਵਿੱਚ ਲਗਾਤਾਰ ਨੇ ਚੋਣ ਕਮਿਸ਼ਨ ਨੇ ਕੱਲ ਉਹਨਾਂ ਦੀ ਗੱਡੀ ਜ਼ਬਤ ਕਰ ਲਈ ਸੀ ਤੇ ਉਸ ਤੋਂ ਬਾਅਦ ਜਿਸ ਦੇ ਬਾਅਦ ਉਹਨਾਂ ਦੇ ਖਿਲਾਫ ਥਾਣਾ ਸਦਰ ਮੋਗਾ ਵਿਖੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ 188 IPC ਦਾ ਮਾਮਲਾ ਦਰਜ ਕੀਤਾ ਗਿਆ ਸ਼ੁਰੂਆਤੀ ਜਾਂਚ ਪਤਾ ਲੱਗਿਆ ਕਿ ਕਾਰਚ ਉਸਦੇ ਨਾਲ ਮੁੰਬਈ ਦੇ ਕੁਝ ਲੋਕ ਕੁਮਰੇ ਸਨ ਚੋਣ ਨਿਯਮਾਂ ਅਨੁਸਾਰ ਪੋਲਿੰਗ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਬਾਰੇ ਲੋਕ ਰਾਜ ਵਿੱਚ ਨਹੀਂ ਰਹਿ ਸਕਦੇ ਇਸ ਦੇ ਨਾਲ ਹੀ ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਸੋਨੂਸੂਦ ਐਤਵਾਰ ਸ਼ਾਮ ਨੂੰ ਹੀ ਦੱਖਣੀ ਅਫਰੀਕਾ ਰਵਾਨਾ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਉੱਥੇ ਉਹਨਾਂ ਦੀ ਕੁਝ ਫਿਲਮਾਂ ਦੀ ਸ਼ੂਟਿੰਗ ਹੋ ਰਹੀ ਹੈ ਇਹ ਪੁਲਿਸ ਦੀ ਐਫ ਆਈ ਆਰ ਚੋਣ ਡਿਊਟੀ ਤੇ ਤਾਨਾਤ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸੋਨੂ ਸੂਦ ਮੋਗਾ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੀ ਭੈਣ ਮਾਲਵਿਕਾ ਸੂਦ ਲਈ ਚੋਣ ਪ੍ਰਚਾਰ ਕਰ ਰਿਹਾ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਲੋਕ ਜਿਹੜੇ ਆ ਪੋਲਿੰਗ ਬੂਥ ਦੇ ਬਾਹਰ ਐਡਵਰ ਕਾ ਐਡਵੈਰ ਕਾਰ ਦੇ ਵਿੱਚ ਬੈਠੇ ਸੀ ਤਾਂ ਮੁੰਬਈ ਦੇ ਕੁਝ ਲੋਕ ਉਹਨਾਂ ਦੇ ਨਾਲ ਮੌਜੂਦ ਸੀ ਪੁਲਿਸ ਦਾ ਕਹਿਣਾ ਹੈ ਕਿ ਉਹ ਵੋਟਰਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ ਹਾਲਾਂਕਿ ਸੋਨੂ ਸੂਦ ਨੇ ਇਹਨਾਂ ਨੂੰ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਉਹਨਾਂ ਕਿਹਾ ਕਿ ਕੁਝ ਲੋਕ ਵੋਟਾਂ ਖਰੀਦ ਰਹੇ ਸਨ ਉਹ ਸਿਰਫ ਸਮਰਥਕਾਂ ਤੋਂ ਰਿਪੋਰਟ ਲੈ ਰਹੇ ਸਨ ਕਾਰ ਵੀ ਸੋਨੂ ਸੂਦ ਪਰਿਵਾਰ ਦੀ ਨਹੀਂ ਹੈ ਇਹ ਵੀ ਸਾਹਮਣੇ ਆਇਆ ਪੁਲਿਸ ਨੂੰ ਸੋਨੂ ਸੂਦ ਵੱਲੋਂ ਵਰਤੀ ਜਾ ਰਹੀ ਐਡਵੇਅਰ ਦਾ ਰਿਕਾਰਡ ਵੀ ਮਿਲਿਆ ਇਸ ਵਿੱਚ ਪਤਾ ਲੱਗਾ ਹੈ ਕਿ ਕਾਰ ਸੋਨੂ ਸੂਦ ਜਾਂ ਉਸਦੇ ਕਿਸੇ ਪਰਿਵਾਰਕ ਮੈਂਬਰ ਦੇ ਨਾਂ ਤੇ ਨਹੀਂ ਹੈ ਇਹ ਕਾਰ ਹਰਵਿੰਦਰ ਸਿੰਘ ਵਾਸੀ ਦੱਤ ਰੋਡ ਮੋਗਾ ਦੇ ਨਾਂ ਤੇ ਹੈ ਇਹ ਵੀ ਚਰਚਾ ਹੈ ਕਿ ਸੋਨੂ ਸੂਦ ਮੋਗਾ ਆ ਕੇ ਇਸ ਕਾਰ ਦੀ ਵਰਤੋਂ ਕਰਦਾ ਸੀ ਇਸ ਕਾਰ ਇਹ ਕਾਰ ਅਕਸਰ ਉਹਨਾਂ ਦੇ ਘਰ ਦੇ ਬਾਹਰ ਖੜੀ ਹੁੰਦੀ ਹੈ ਪੁਲਿਸ ਵਿੱਚ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਸੋਨੂ ਸੂਦ ਕਿਸੇ ਹੋਰ ਦੇ ਨਾਮ ਤੇ ਰਜਿਸਟਰਡ ਕਾਰ ਵਰਤ ਰਿਆ ਸੀ ਇਹ ਹੀ ਵੱਡਾ ਸਵਾਲ ਹੈ ਕਿ ਸੋਨੂ ਸੂਦ ਉਸ ਕਾਰਨੋਂ ਕਿਉਂ ਵਰਤ ਰਿਆ ਸੀ ਉਸ ਵਕਤ ਜਿਸ ਦੇ ਜਿਹੜੀ ਕਿ ਉਹਨਾਂ ਦੇ ਨਾਂ ਤੇ ਨਹੀਂ ਹੈ ਨਾ ਹੀ ਕਿਸੇ ਪਰਿਵਾਰਕ ਮੈਂਬਰ ਦੇ ਨਾਂ ਤੇ ਨਾ ਤੇ ਉਹ ਕਿਸੇ ਹਰਵਿੰਦਰ ਸਿੰਘ ਵਾਸੀ ਦੱਤ ਰੋੜ ਮੋਗਾ ਦੇ ਨਾਂ ਤੇ ਰਜਿਸਟਰਡ ਹੈ ਕਾਰ ਜੋ ਉਸ ਵਕਤ ਸੋਨੂ ਸੂਦ ਯੂਜ਼ ਕਰ ਰਹੇ ਸੀ ਵਰਤ ਰਹੇ ਸੀ ਕਿਹਾ ਜਾ ਰਿਹਾ ਹੈ ਕਿ ਅਕਸਰ ਜਦੋਂ ਵੀ ਉਹ ਮੁੰਬਈ ਤੋਂ ਘਰ ਆਉਂਦੇ ਸੀ ਤਾਂ ਇਸ ਕਾਰ ਦਾ ਇਸ ਕਾਰ ਦੀ ਵਰਤੋਂ ਕਰਦੇ ਨੇ ਪਰ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਸੋਨੂ ਸੂਦ ਤੇ ਐਫ ਆਈ ਆਰ ਦਰਜ ਹੋ ਗਈ ਆ 188 ਆਈ ਪੀ ਸੀ ਦਾ ਮਾਮਲਾ ਦਰਜ ਕੀਤਾ ਗਿਆ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਦੋਂ ਉਹਨਾਂ ਦੀ ਗੱਡੀ ਜ਼ਬਤ ਕੀਤੀ ਗਈ ਹੈ ਤਾਂ ਉਹਨਾਂ ਦੇ ਨਾਲ ਮੁੰਬਈ ਦੇ ਕੁਝ ਲੋਕ ਮੌਜੂਦ ਸੀ ਕੁਝ ਵਿਅਕਤੀ ਮੌਜੂਦ ਸੀ ਜਦਕਿ ਇਹ ਜਿਹੜਿਆ ਚੋਣ ਨਿਯਮਾਂ ਦੀ ਉਲੰਘਣਾ ਕਰਨਾ ਹੈ ਕਿਉਂਕਿ 48 ਘੰਟੇ ਪਹਿਲਾਂ ਬਾਹਰੀ ਲੋਕ ਜਿਹੜੇ ਬਾਹਰ ਬਾਹਰ ਤੋਂ ਰਾਜਾ ਤੋਂ ਜਾਂ ਕਿਤੇ ਹੋਰ ਤੋਂ ਆਏ ਲੋਕ ਹੁੰਦੇ ਨੇ ਉਹ ਆਪਣੇ ਆਪਣੇ ਘਰ ਘਰ ਪਰਤ ਜਾਂਦੇ ਨੇ ਉਹਨਾਂ ਨੂੰ ਇਹ ਪਰਮਿਸ਼ਨ ਨਹੀਂ ਹੁੰਦੀ ਕਿ ਉਹ ਇੱਕ ਤੋਂ ਦੂਜੇ ਰਾਜ ਦੇ ਵਿੱਚ ਵੋਟਾਂ ਦੇ ਦੌਰਾਨ ਰਹਿਣ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਐਫ ਆਈ ਆਰ ਦਰਜ ਹੋ ਗਈ ਆ ਸੋਨੂ ਸੂਤ ਤੇ ਤਾਂ ਉਸ ਤੋਂ ਬਾਅਦ ਸੋਨੂ ਸੂਦ ਦੱਖਣੀ ਅਫਰੀਕਾ ਰਵਾਨਾ ਹੋ ਗਏ ਨੇ ਜੀ ਹਾਂ ਬਿਲਕੁਲ ਦੱਖਣੀ ਅਫਰੀਕਾ ਰਵਾਨਾ ਹੋ ਗਏ ਨੇ ਸੋਨੂ ਸੂਦ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਕਈ ਵੱਡੇ ਸਵਾਲ ਜਿਹੜੇ ਆ ਖੜੇ ਹੋ ਰਿਹਾ ਕਿਉਂਕਿ ਕੱਲ ਹੀ ਚੋਣਾ ਹੋ ਕੇ ਹਟੀਆਂ ਨੇ ਤੇ ਚੋਣਾਂ ਦੇ ਦੌਰਾਨ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਉੱਥੇ ਜਾ ਕੇ ਉਹ ਲੋਕਾਂ ਨੂੰ ਪਰਮਾਨ ਨਹੀਂ ਰਹੀ ਸੀ ਪਰ ਸੋਨੂ ਸੂਤ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਪਰਮਾਨ ਨਹੀਂ ਰਹੀ ਸੀ ਬਲਕਿ ਉਹ ਸਿਰਫ ਰਿਪੋਰਟ ਮੰਗ ਰਹੀ ਸੀ ਕਿਉਂਕਿ ਦੂਜੀ ਪਾਰਟੀਆਂ ਦੇ ਬੰਦੇ ਆ ਜਿਹੜੇ ਉਹ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰ ਰਹੇ ਸੀ ਜੀਹਾਂ ਉਹਨਾਂ ਦਾ ਕਹਿਣਾ ਹੈ ਕਿ ਦੂਜੇ ਲੋਕ ਜਿਹੜੇ ਆ ਦੂਜੀ ਪਾਰਟੀਆਂ ਦੇ ਲੋਕ ਆ ਜਿਹੜੇ ਆ ਉਹ ਸਿਰਫ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰ ਰਹੇ ਸੀ ਕਰ ਰਹੇ ਸੀਗੇ ਜਿਸ ਕਰਕੇ ਉਹਨਾਂ ਦੇ ਵੱਲੋਂ ਰਿਪੋਰਟ ਮੰਗੀ ਗਈ ਸੀ ਜੀਹਾਂ ਇਹ ਵੱਡੀ ਖਬਰ ਹੈ ਇਸ ਵੇਲੇ ਦੀ ਕਿ ਸੋਨੂ ਸੂਤ ਤੇ एफआईआर दर्ज हो चुकी है मामला 188 आईपीसी तारा ਦੇ ਤਹਿਤ ਦਰਜ ਕੀਤਾ ਗਿਆ ਜਿਹੜੀ ਆ ਚੋਣ ਆਯੋਗ ਦੀਆਂ ਜਿਹੜੇ ਹਦਾਇਤਾਂ ਨੇ ਉਹਨਾਂ ਦੀ ਉਲੰਘਣਾ ਕੀਤੀ ਗਈ ਆ ਇਹ ਵੀ ਕਿਹਾ ਜਾ ਰਿਹਾ ਤੇ ਇਹ ਹੁਣ ਸੋਨੂ ਸੂਦ ਜਿਹੜੇ ਉਹ ਦੱਖਣੀ ਅਫਰੀਕਾ ਦੇ ਲਈ ਰਵਾਨਾ ਹੋ ਰਹੇ ਨੇ ਜਿੱਥੇ ਉਹਨਾਂ ਦੀ ਜਿਹੜੀ ਆ ਫਿਲਮਾਂ ਦੀ ਸ਼ੂਟਿੰਗ ਚੱਲ ਰਹੀ ਹੈ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਬਾਲੀਵੁੱਡ ਸਟਾਰ ਜਿਹੜੇ ਜਿਹੜੇ ਬਾਲੀਵੁੱਡ ਸਟਾਰ ਨੇ ਪੰਜਾਬ ਦੇ ਨੇ ਪਰ ਉਹਨਾਂ ਦੀ ਸ਼ਬੀਆ ਜਿਹੜੀ ਕਿਤੇ ਨਾ ਕਿਤੇ ਕੱਲ ਜ਼ਰੂਰ ਖਰਾਬ ਹੁੰਦੀ ਦਿਖਾਈ ਦਿੱਤੀ ਆ ਕਿਉਂਕਿ ਲੰਮੇ ਸਮੇਂ ਤੋਂ ਜਦੋਂ ਤੋਂ ਉਹ ਜਦੋਂ ਤੋਂ ਕਰੋਨਾ ਕਾਲ ਦੇ ਦੌਰਾਨ ਲੋਕਾਂ ਦੇ ਹੀਰੋ ਬਣੇ ਨੇ ਉਦੋਂ ਤੋਂ ਉਹ ਕਿਸੇ ਵੀ ਪਾਰਟੀ ਦੇ ਖਿਲਾਫ ਜਾਂ ਹੱਕ ਦੇ ਵਿੱਚ ਗੱਲ ਨਹੀਂ ਕਰਦੇ ਉਹ ਸਿਰਫ ਕਰਦੇ ਆ ਗੱਲ ਕਿ ਸਿਰਫ ਉਸ ਪਾਰਟੀ ਨੂੰ ਚੁਣੋ ਜੋ ਲੋਕਾਂ ਦਾ ਭਲਾ ਕਰਦੀ ਆ ਪਰ ਭੈਣ ਮਾਲੀਵਕਾ ਸੂਧ ਕਾਂਗਰਸ ਦੇ ਵੱਲੋਂ ਚੋਣ ਲੜ ਰਹੀ ਹੈ ਤੇ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹਨਾਂ ਉਹ ਕੁਝ ਲੋਕਾਂ ਨੂੰ ਗੱਡੀ ਦੇ ਵਿੱਚ ਬਿਠਾ ਕੇ ਉੱਥੇ ਚੋਣ ਪਰਚਾ ਜਿਹੜੇ ਲੋਕਾਂ ਤੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਭਰਮਾ ਰਹੇ ਸੀ ਕਿਉਂਕਿ ਇਹ ਬਹੁਤ ਸਮਾਂ ਉਹ ਜੋ ਉਦੋਂ ਅਜਿਹਾ ਹੁੰਦਾ ਹੈ ਕਿ ਹਰ ਕੋਈ ਕੋਸ਼ਿਸ਼ ਕਰਦਾ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਵੇ ਪਰ ਪਹਿਲੀ ਵਾਰ ਸੋਨੂ सूद ਅਜਿਹਾ ਕਰਦੇ ਨਜ਼ਰ ਆਏ ਮਾਲਵਿਕਾ सूद ਭੈਣ ਦੇ ਲਈ ਜਿਹੜੇ ਅਜਿਹਾ ਕਦਮ ਚੁੱਕਦੇ ਨਜ਼ਰ ਆਏ ਤੇ ਉਹਨਾਂ ਦੇ ਵੱਲੋਂ ਜੋ ਕੀਤਾ ਗਿਆ ਉਸ ਤੋਂ ਬਾਅਦ ਸਫਾਈ ਵੀ ਪੇਸ਼ ਕੀਤੀ ਗਈ ਪੁਲਿਸ ਵੱਲੋਂ ਗੱਡੀ ਜਿਹੜੀ ਆ ਜ਼ਬਤ ਕੀਤੀ ਗਈ ਸੀ ਪੰਜਾਬ ਦੇ ਵਿੱਚ ਬਾਲੀਵੁੱਡ ਸਿਤਾਰੇ ਸੋਨੂ ਸੂਦ ਕਿਤੇ ਨਾ ਕਿਤੇ ਵਿਲਨ ਬਣਦੇ ਨਜ਼ਰ ਆਏ ਜਿਨ੍ਹਾਂ ਦੇ ਖਿਲਾਫ थाना सदर ਮੋਗਾ ਵਿਖੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਦੇ ਵਿੱਚ 188 ਆਈਪੀਸੀ ਦਾ ਮਾਮਲਾ ਦਰਜ ਕੀਤਾ ਗਿਆ ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਕਾਰ ਉਸ ਚ ਕਾਰ ਦੇ ਵਿੱਚ ਉਹਨਾਂ ਦੇ ਨਾਲ ਮੁੰਬਈ ਦੇ ਕੁਝ ਲੋਕ ਘੁਮਰੇ ਸੀ ਜੋ ਸਿੱਧਾ-ਸਿੱਧਾ ਚੋਣ ਨਿਯਮਾਂ ਦੀ ਉਲੰਘਣਾ ਕਰਦੇ ਨੇ ਜਿहां ਚੋਣ ਨਿਯਮਾਂ ਅਨੁਸਾਰ ਪੋਲਿੰਗ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਬਾਹਰੀ ਲੋਕ ਰਾਜ ਵਿੱਚ ਨਹੀਂ ਰਹਿ ਸਕਦੇ ਇਸ ਦੇ ਨਾਲ ਹੀ ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਸੋਨੂ ਸੂਦ ਐਤਵਾਰ ਨੂੰ ਹੀ ਸ਼ਾਮ ਨੂੰ ਦੱਖਣੀ ਅਫਰੀਕਾ ਦੇ ਲਈ ਰਵਾਨਾ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਉੱਥੇ ਉਹਨਾਂ ਦੀਆਂ ਕੁਝ ਫਿਲਮਾਂ ਦੀ ਸ਼ੂਟਿੰਗ ਚੱਲ ਰਹੀ ਹੈ ਇਹ ਪੁਲਿਸ ਐਫ ਆਈ ਆਰ ਜਿਹੜੀ ਆ ਡਿਊਟੀ ਤੇ ਤਾਇਨਾਤ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਦੇ ਕਹਿਣ ਤੇ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਏ ਐਫ ਆਈ ਆਰ ਹਰਪ੍ਰੀਤ ਸਿੰਘ ਜਿਹੜੇ ਡਿਊਟੀ ਤੇ ਉਸ ਵਕਤ ਤਾਇਨਾਤ ਸਨ ਉਹਨਾਂ ਦੀ ਉਹਨਾਂ ਦੀ ਕਹਿਣ ਤੇ ਕੀਤੀ ਗਈ ਹੈ ਐਫ ਆਈ ਆਰ ਦਰਜ ਹੋਇਆ ਸੋਨੂ ਸੂਦ ਤੇ ਜਿਸ ਤੋਂ ਬਾਅਦ ਸੋਨੂ ਸੂਦ ਦੱਖਣੀ ਅਫਰੀਕਾ ਦੇ ਲਈ ਰਵਾਨਾ ਹੋ ਗਏ ਨੇ ਇਸ ਮਾਮਲੇ ਤੇ ਹੋਰ ਕੀ ਅਪਡੇਟ ਆਵੇਗੀ ਕੀ ਕਾਰਵਾਈ ਕੀਤੀ ਜਾਵੇਗੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਇਸ ਤਰ੍ਹਾਂ ਦੀਆਂ ਹੋਰ ਅਪਡੇਸ਼ਨਸ ਦੇ ਲਈ ਤੁਸੀਂ ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ